ਸਤਿ ਸ਼੍ਰੀ ਅਕਾਲ ਜੀ, ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ। ਮੈਂ ਕਮਲਜੀਤ ਕੌਰ ਲੈ ਕੇ ਆਈ ਹਾਂ ਅੱਜ ਦਾ ਖਾਸ ਬੁਲੇਟਿਨ। ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਉਹਨਾਂ ਦੇ 114ਵੇਂ ਜਨਮ ਦਿਹਾੜੇ 'ਤੇ ਸ਼ਰਧਾ ਭਰੀ ਸ਼ਰਧਾਂਜਲੀ ਭੇਟ ਕਰਦੇ ਹਾਂ। ਇਤਿਹਾਸ ਇਸ ਮਹਾਨ ਯੋਧੇ ਦਾ ਹਮੇਸ਼ਾ ਕਰਜ਼ਦਾਰ ਰਹੇਗਾ। ਸਾਨੂੰ ਸ਼ਹੀਦ ਭਗਤ ਸਿੰਘ ਦੀ ਇਸ ਧਰਤੀ ਉੱਤੇ ਜਨਮ ਲੈਣ 'ਤੇ ਬਹੁਤ ਹੀ ਮਾਣ ਹੈ। ਆਓ ਸੁਣਦੇ ਹਾਂ ਅੱਜ ਦੀਆਂ ਖਾਸ ਖਬਰਾਂ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ। ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, ਸਿਆਸਤ ਵਿੱਚ ਹਲਚਲ। ਅੱਜ ਸ਼ਹੀਦ ਆਜਮ ਭਗਤ ਸਿੰਘ ਦੇ 114ਵੇਂ ਜਨਮ ਦਿਹਾੜੇ 'ਤੇ CM ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। CM ਨੇ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਭਗਤ ਸਿੰਘ ਦੀ ਸੋਚ 'ਤੇ ਪਹਿਰਾ ਦੇਈਏ ਅਤੇ ਉਹਨਾਂ ਦੀ ਹੋਂਦ ਨੂੰ ਅਮਰ ਰੱਖੀਏ। ਮੁੱਖ ਮੰਤਰੀ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਧੰਨ ਹੈ ਇਹ ਥਾਂ ਜਿਸਨੇ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਵਰਗਾ ਨੇਤਾ ਪੈਦਾ ਕੀਤਾ। ਇਸ ਮਿੱਟੀ ਨੂੰ ਆਪਣੇ ਮੱਥੇ ਨਾਲ ਲਾ ਕੇ ਮੈਨੂੰ ਬੇਹੱਦ ਖੁਸ਼ੀ ਹੋਈ। ਮੈਂ ਇਹ ਹਲਫ ਲੈਂਦਾ ਹਾਂ ਕਿ ਬਤੌਰ ਮੁੱਖ ਮੰਤਰੀ ਮੈਂ ਹਰ ਕੰਮ ਇਸ ਸੋਚ ਨਾਲ ਕਰਾਂਗਾ ਕਿ ਸਰਦਾਰ ਭਗਤ ਸਿੰਘ ਮੈਨੂੰ ਦੇਖ ਰਿਹਾ ਹੈ। ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਭਾਰਤ ਬੰਦ ਦਾ ਜ਼ਿਲ੍ਹੇ ਵਿੱਚ ਪੂਰਾ ਅਸਰ ਦੇਖਣ ਨੂੰ ਮਿਲਿਆ। ਸੜਕਾਂ 'ਤੇ ਰਿਹਾ ਸਨਾਟਾ। ਮੈਡੀਕਲ ਦੀਆਂ ਦੁਕਾਨਾਂ ਨੂੰ ਛੱਡ ਕੇ ਸਾਰੀਆਂ ਦੁਕਾਨਾਂ, ਬਾਜ਼ਾਰ, ਬੈਂਕ, ਟਰਾਂਸਪੋਰਟ ਸਭ ਬੰਦ ਰਹੇ। ਜ਼ਿਲ੍ਹੇ 'ਤੇ 8 ਜਗ੍ਹਾਵਾਂ 'ਤੇ ਦਿੱਤਾ ਗਿਆ ਧਰਨਾ। ਨਵਾਂਸ਼ਹਿਰ ਕੋਰੋਨਾ ਨੂੰ ਹਰਾਉਣ ਤੋਂ ਬਸ ਇੱਕ ਕਦਮ ਦੀ ਦੂਰੀ 'ਤੇ ਹੈ। ਪਿਛਲੇ ਇੱਕ ਹਫ਼ਤੇ ਤੋਂ ਕੋਰੋਨਾ ਦਾ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਐਕਟਿਵ ਕੇਸ ਇੱਕ ਹੀ ਹੈ। ਅਗਰ ਸਭ ਕੁਝ ਠੀਕ ਰਿਹਾ ਤਾਂ ਕੋਰੋਨਾ ਦਾ ਇੱਕ ਵੀ ਐਕਟਿਵ ਕੇਸ ਨਹੀਂ ਰਹੇਗਾ। 3 ਦਿਹਾੜਾ ਪੋਲੀਓ ਮੁਹਿੰਮ ਦੌਰਾਨ ਕੱਲ੍ਹ ਦੂਸਰੇ ਦਿਨ 2076 ਬੱਚਿਆਂ ਨੂੰ ਪਿਲਾਈ ਗਈ ਪੋਲੀਓ ਦੀ ਦਵਾ। ਹੁਣ ਤੱਕ 4,510 ਬੱਚਿਆਂ ਨੂੰ ਦਵਾ ਪਿਲਾ ਦਿੱਤੀ ਗਈ ਹੈ। ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਅਗਲੇ ਮਹੀਨੇ ਭਾਰਤ ਦੀ ਫੇਰੀ 'ਤੇ 2-ਪੱਖੀ ਮੀਟਿੰਗਾਂ, ਸਿਵਲ ਸੁਸਾਇਟੀਆਂ, ਸਮਾਗਮਾਂ ਅਤੇ ਭਾਰਤ ਦੇ ਵਿਚਾਰ ਸੰਮੇਲਨ ਦੀ ਲੜੀ ਰੱਖਣ ਲਈ ਆਉਣਗੇ। ਚੀਨ ਤੋਂ ਬਾਅਦ ਭਾਰਤ ਦੁਬਈ ਦਾ ਦੂਜਾ ਸਭ ਤੋਂ ਵੱਡਾ ਕਾਰੋਬਾਰੀ ਸਾਂਝੇਦਾਰ ਬਣ ਗਿਆ ਹੈ। ਦੁਬਈ ਅਤੇ ਭਾਰਤ ਵਿੱਚ ਪਿਛਲੇ 6 ਮਹੀਨਿਆਂ ਵਿੱਚ 74,000 ਕਰੋੜ ਦਾ ਕਾਰੋਬਾਰ ਹੋਇਆ। ਹਾਲਾਂਕਿ ਚੀਨ ਅਤੇ ਦੁਬਈ ਦਾ ਕਾਰੋਬਾਰ 1,74,00,000 ਹੈ। ਤੀਸਰੇ ਨੰਬਰ 'ਤੇ ਅਮਰੀਕਾ ਆਉਂਦਾ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ 29 ਸਤੰਬਰ ਨੂੰ 2 ਦਿਨਾਂ ਦੇ ਪੰਜਾਬ ਦੌਰੇ 'ਤੇ ਆ ਰਹੇ ਹਨ। ਇਸ ਦੀ ਪੁਸ਼ਟੀ ਭਗਵੰਤ ਮਾਨ ਨੇ ਟਵੀਟ ਰਾਹੀਂ ਕੀਤੀ ਹੈ ਅਤੇ ਕੇਜਰੀਵਾਲ 29 ਸਤੰਬਰ ਨੂੰ ਲੁਧਿਆਣਾ ਆਉਣਗੇ ਅਤੇ ਕਾਰੋਬਾਰੀਆਂ ਅਤੇ ਵਪਾਰੀਆਂ ਨਾਲ ਖੁੱਲ੍ਹ ਕੇ ਵਿਚਾਰ ਚਰਚਾ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਸਲਾਂ ਦੀਆਂ 35 ਵਿਸ਼ੇਸ਼ ਕਿਸਮਾਂ ਲਾਂਚ ਕੀਤੀਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਕਿਸਮਾਂ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਨੇ ਬਹੁਤ ਖੋਜ ਤੋਂ ਬਾਅਦ ਤਿਆਰ ਕੀਤੀਆਂ ਹਨ। ਇਹਨਾਂ ਦੁਆਰਾ ਜਲਵਾਯੂ ਪਰਿਵਰਤਨ ਅਤੇ ਕੁਪੋਸ਼ਣ ਦੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕੇਗਾ। CM ਚੰਨੀ ਨੇ ਰਾਜ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ 100 ਦਿਨਾਂ ਦਾ ਰੋਡਮੈਪ ਤਿਆਰ ਕਰਨ ਨੂੰ ਕਿਹਾ। ਕੱਲ੍ਹ ਚੰਡੀਗੜ੍ਹ ਵਿਖੇ CM ਦੀ ਮੀਟਿੰਗ ਵਿਖੇ ਉਹਨਾਂ ਨੇ ਪ੍ਰਸ਼ਾਸਕੀ ਸਕੱਤਰਾਂ ਨੂੰ ਉਹਨਾਂ ਦੇ ਵਿਭਾਗਾਂ ਦੇ 100 ਦਿਨ ਵਿਆਪਕ ਰੋਡਮੈਪ ਤਿਆਰ ਕਰਨ ਲਈ ਕਿਹਾ ਹੈ ਤਾਂ ਜੋ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਲਿਆਂਦੀ ਜਾ ਸਕੇ। ਉਹਨਾਂ ਨੇ 1 ਹਫ਼ਤੇ ਵਿੱਚ ਵਿਸਤ੍ਰਿਤ ਪ੍ਰਸਤਾਵ ਸੌਂਪਣ ਲਈ ਕਿਹਾ। ਭਾਰਤ ਦੇਸ਼ ਵਿੱਚ ਸੋਮਵਾਰ ਨੂੰ 1 ਕਰੋੜ ਤੋਂ ਜ਼ਿਆਦਾ ਟੀਕੇ ਲੱਗੇ। 9 ਮਹੀਨਿਆਂ ਵਿੱਚ ਇਹ 5ਵਾਂ ਮੌਕਾ ਹੈ ਜਦੋਂ ਕਿ 1 ਦਿਨ ਵਿੱਚ 1 ਕਰੋੜ ਤੋਂ ਉੱਪਰ ਟੀਕੇ ਲੱਗੇ। ਸਭ ਤੋਂ ਜ਼ਿਆਦਾ UP 34,99,000, ਮੱਧ ਪ੍ਰਦੇਸ਼ ਵਿੱਚ 11,93,000 ਅਤੇ ਮਹਾਰਾਸ਼ਟਰ ਵਿੱਚ 10,03,000 ਟੀਕੇ ਲੱਗੇ। ਉੱਥੇ ਹੀ ਪੰਜਾਬ ਵਿੱਚ 54,306 ਲੋਕਾਂ ਨੂੰ ਟੀਕੇ ਲੱਗੇ। ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 18,795 ਨਵੇਂ ਮਾਮਲੇ ਦਰਜ ਕੀਤੇ ਹਨ ਜੋ ਕਿ 201 ਦਿਨਾਂ ਵਿੱਚ ਸਭ ਤੋਂ ਘੱਟ ਹਨ। ਕੱਲ੍ਹ ਕੋਰੋਨਾ ਨਾਲ 79 ਮੌਤਾਂ ਹੋਈਆਂ। ਪੰਜਾਬ ਵਿੱਚ ਨਵੇਂ ਕੇਸਾਂ ਦਾ ਅੰਕੜਾ 33 ਹੈ ਅਤੇ ਕੋਈ ਵੀ ਮੌਤ ਨਹੀਂ ਹੈ। IPL ਦੇ 40ਵੇਂ ਮੈਚ ਵਿੱਚ ਰਾਜਸਥਾਨ ਨੇ ਹੈਦਰਾਬਾਦ ਵਿਰੁੱਧ 20 ਓਵਰਾਂ ਵਿੱਚ 164 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਜਵਾਬ ਵਿੱਚ ਹੈਦਰਾਬਾਦ ਨੇ 18.3 ਓਵਰਾਂ ਵਿੱਚ 3 ਵਿਕਟਾਂ ਅਤੇ 167 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਧੰਨਵਾਦ, ਕੱਲ੍ਹ ਫਿਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ।